ਮਾਰ ਗਿਆ ਇਹ ਉੜਕ ਚੱਲੇ ਉਹ ਤੇਰੀ ਨੂੰ ਇੱਕ ਦੋ ਤਿੰਨ ਸਟਾਰਟ ਹੀ ਆ ਵੇਖੋ ਜੀ ਭੈਣ ਚ ਪੰਜ ਹੀ ਸਾਹਮਣੇ ਮੇਲਾ ਕਾਦੂ ਜਾ ਇਦਾਂ ਵਿਆਹ ਹੋਵੇ ਚੁੱਕਣਾ ਵੀ ਨਹੀਂ ਕਿ ਦੂਜਾ ਪਾਪੀ ਯੂਨੀਵਰਸਿਟੀ ਲੋਕੀ ਪੜ੍ਹਨ ਆਉਂਦੇ ਹੀ ਇੱਧਰ ਆਪਾਂ ਕਾਰਡ ਖੇਡਣ ਆਉਂਦੇ ਮਿੱਤਰੋ ਅੱਜ ਹੈਗਾ ਜੇ ਪ੍ਰਪੋਜ਼ ਤੇ ਮਿੱਤਰੋ ਚੈਂਬਰ ਆ ਆਪਣਾ ਉਦਣ ਇਹਨੂੰ ਖੜੀਏ ਸਾਫ਼ ਸਫਾਈ ਕਰਕੇ ਸਕੂਟਰ ਉੱਧਰ ਠੀਕ ਹੋ ਗਿਆ ਗਈ ਆਪਣੀ ਡਨ ਅਤੇ ਨਾਲ ਆਪਣਾ ਛੋਟਾ ਚੱਲ ਹਾਂਜੀ ਮਿੱਤਰੋ ਕਿਵੇਂ ਸਾਰੇ ਹੋਪ ਸੋ ਸਾਰਾ ਅੱਜ ਵਧੀਆ ਹੋ ਤੇ ਹੋਣੇ ਚਾਹੀਦੇ ਮਿੱਤਰੋ ਅੱਜ ਹੈਗਾ ਜੇ ਪ੍ਰਪੋਜ਼ ਤੇ ਆ ਗਿਆ ਜੀ ਪਰ ਸਾਡਾ ਕੋਈ ਨਹੀਂ ਹੈਗਾ ਸਾਡਾ ਪ੍ਰਪੋਜ਼ ਦੇਣੀ ਆ ਸਾਡਾ ਜਿਵੇਂ ਡੇ ਜਾਂਦੇ ਆ ਉਵੇਂ ਦਾ ਹੀ ਆਮ ਡੇ ਹੀ ਆ ਪਰ ਅੱਜ ਦੇ ਵਲੋਗ 'ਚ ਕਾਫੀ ਕੁਛ ਇੰਟਰਸਟਿੰਗ ਹੋਏਗਾ ਯਾਰ ਟਾਈਟਲ ਹਮਲੇ ਦੇਖ ਆਇਓਗੇ ਅੱਜ ਵਲੋਗ 'ਚ ਮਤਲਬ ਪ੍ਰੈਂਕ ਵੀ ਹੋਏਗਾ ਭਾਬੀ ਵੀ ਖੇਡਾਂਗੇ ਡੇਰ ਵੀ ਦੇਵਾਂਗੇ ਟਰੁੱਥ ਵੀ ਹੋਊਗਾ ਮੈਂ ਕਾਫੀ ਕੁਛ ਹੈਗਾ ਚੈਨਲ ਸਬਸਕ੍ਰਾਈਬ ਕਰੋ ਕਾਫੀ ਮਜ਼ਾ ਆਉਣ ਵਾਲਾ ਵਾ ਫਰਾਈਡੇ ਖਾਈਏ ਅਤੇ ਚੱਲ ਜੀ ਜਿਹਨੇ ਅਸੀਂ ਚੱਲੇ ਹਾਂ ਹਵਾ ਵੀ ਨਹੀਂ ਦੱਸਰਾ ਗੱਲਾਂ ਨਹੀਂ ਨਾ ਸਹੀ ਗੱਲ ਜਦੋਂ ਗੁੱਡ ਨਹੀਂ ਹੋਣੀ ਉਦੋਂ ਹਵਾ ਹੁੰਦੀ ਹੋ ਯਾਰ ਕੋਈ ਨਹੀਂ ਸਹੀ ਗਾ ਹੁਣ ਸਿੱਧਾ ਬਸੰਤ ਪੈ ਜੀ ਚੱਲ ਹੁਣ ਲਓ ਜੀ ਮਤਲਬ ਜਾਂ ਪਹਿਲਾਂ ਜੂਸ ਪੀਤਾ ਜਾਵੇ ਸੰਤਰਿਆਂ ਦਾ ਕਿਨੂਆਂ ਦਾ ਕਿਨੂੰ ਕਿਨੂੰ ਹੋਏ ਪਏ ਚੱਲ ਬੰਦੇ ਲੱਭੀਏ ਲਾਈਏ ਜਾ ਕੇ ਪੱਤੇ ਕਾਰਡ ਯੂਨੀਵਰਸਿਟੀ ਲੋਕੀ ਪੜ੍ਹਨ ਆਉਂਦੇ ਹੀ ਇੱਧਰ ਆਪਾਂ ਕਾਰਡ ਖੇਡਣ ਆਉਂਦੇ ਹਾਂ ਕਾਰਡਸ ਬਰੋ ਕਾਰਡਸ ਭਾਬੀ ਤਾਸ਼ ਸੱਦੀ ਫਿਰ ਭਾਬੀ ਬਣਾਉਣਾ ਆ ਮਸੰਮੀ ਨੂੰ ਫਿਊ ਮੋਮੈਂਟਸ ਲੇਟਰ ਚੱਲ ਓਏ ਚੱਲ ਚਲੋ ਚਲੋ ਤਿਆਰ ਇੱਧਰ ਰੈਡੀ ਸਟੈਡੀ ਮਸੰਮੀ ਕੋ ਮਾਰ ਗਿਆ ਉਹ ਗੁਰੂਆ ਲੈ ਚੱਲ ਆ ਵੇ ਚੇਰ ਉਹ ਵੜਦਾ ਚੇਰ ਉਹ ਵੇ ਕੁੜੀਆਂ ਬੈਠ ਕੇ ਮਾਰੇ ਕੁਰਸੀ ਵੀ ਗਈ ਮਸੰਮੀ ਆਲ ਗੁੱਡ ਉਹ ਤੇਰੀ ਨੂੰ ਕੈਮਰਾ ਕੀ ਸਟਾਰਟ ਕੀਤਾ ਤੇ ਪੱਤੇ ਹੀ ਬੜੇ ਹਲਕੇ ਆਏ ਯਾਰ ਨੀ ਬਾਜ ਗਿਆ ਹੁਣ ਕੈਮਰਾ ਬਾਹਰ ਬੰਦੇ ਦੋ ਨਾ ਦੂਜਾ ਪਾਪੀ ਇੱਕ ਦੋ ਤਿੰਨ ਚਾਰ ਪੰਜ ਆਜਾ ਬਹੁਤ ਆ ਆਜਾ ਨਹੀਂ ਖੇਡਣੀ ਆ ਰੇ ਨਹੀਂ ਯਾਰ ਬੋਰ ਹੋ ਗਏ ਆ ਉਹ ਟੁਰਨਾ ਨਹੀਂ ਰਿਹਾ ਇਹ ਬੈਠ ਕੇ ਲਾਉਂਦੇ ਸੀ ਇਹ ਬੈਠ ਕੇ ਲਾਉਂਦੀ ਜਾਂਦੀ ਨਹੀਂ ਹੈ
ਇਹਨਾਂ ਨੂੰ ਜਾਇਨਿੰਗ ਨਹੀਂ ਦੱਸਿਆ ਅੱਜ ਆਂਟੀ ਦੱਸਿਆ ਤੁਸੀਂ ਆਂਟੀ ਇਹਨਾਂ ਨੂੰ ਬੈਠ ਕੇ ਨਹੀਂ ਮਾਰ ਰਿਹਾ ਇਹ ਆ ਸਤੀ ਵਿੱਚ ਚੀਨੀ ਕਾ ਡੈਮੋ ਮੰਮੀ ਇੱਕ ਵਾਰੀ ਭਾਬੀ ਬਾਣੇ ਕਿਵੇਂ ਲੱਗ ਰਿਹਾ ਤੈਨੂੰ ਹਾਂ ਹਾਂ ਕਾਲਿਆ ਓਦਾ ਹੀ ਕਰਨਾ ਈ ਓਦਾ ਹੀ ਲਮਕ ਦੇ ਓਦਾ ਹੀ ਲਮਕ ਚਲ ਓਦਾ ਹੀ ਲਮ ਨਾ ਖਵਾਈ ਚੱਲ ਮੈਂ ਲਮਕ ਗਿਆ ਉਹ ਟਾਈਮ ਚੜ ਗਿਆ ਲੈ ਪੁੱਤਰ ਛੁੱਟੀ ਕਰ ਮੇਰਾ ਯਾਰ ਹੀ ਲਮਕ ਗਿਆ ਸਲੀਪ ਹੋ ਗਿਆ ਦੇ ਦੇ ਆ ਨੂੰ ਦੇ ਫੋਨ ਨੂੰ ਫੜਾ ਵਾਏ ਕੀ ਕਰ ਰਿਹਾ 4 ਸੈਕਿੰਡ ਹੋ ਗਏ 6 7 ਮੇਰੇ ਕੋ ਖੁਦ ਕੋ ਨਹੀਂ ਲਮਕ ਗਿਆ ਕਿਉਂਕਿ ਮੇਰਾ ਜੰਪ ਨਹੀਂ ਕਰ ਮੇਰਾ 11 12 ਬਣਾ ਕੇ ਆਪਣਾ ਟਾਰਗੇਟ ਜਾ ਪਾਲਾ ਗਿਆ ਡੱਬਾ ਦਾ ਜਲਮ ਕਹਿ ਰਿਹਾ ਸੀ ਆ ਵੇਖੋ ਦੀ ਭੈਣ ਚ ਪੰਜ 23 ਸੈਕਿੰਡ 24 25 ਦਿਓ ਜੱਲੇ ਮਿੰਟ ਕਰ ਜਾ ਕਬੂਰਾ ਨਹੀਂ ਹੋਣਾ 34 ਹੋ ਗਿਆ ਹੋ ਗਿਆ ਹੋ ਗਿਆ ਬਸ ਥੋੜਾ ਜਿਹਾ ਥੋੜਾ ਜਿਹਾ ਥੋੜਾ ਹੀ ਥੋੜਾ ਹੀ ਹੋ ਜੱਲਾ 20 ਸੈਕਿੰਡ ਰਹਿ ਗਏ ਬਸ ਬਸ 15 ਰਹਿ ਗਏ 15 ਥੋੜਾ ਹੀ ਰਹਿ ਗਿਆ ਥੋੜਾ ਹੀ ਓਏ ਓ ਨਾ ਮਸਮੀ ਓ ਨਹੀਂ 50 10 ਸੈਕਿੰਡ ਰਹਿ ਗਏ ਮਿੰਟਾਂ 'ਚ ਮਸਮੀ ਫੇਰ ਨਹੀਂ ਮਸਮੀ ਬਾਹਰ ਓਏ ਹੋ ਜਾਣਾ ਵਾ ਟਾਈਮਰ ਚੱਲ ਪਾਉ ਟਾਈਮਰ ਲੱਗ ਗਿਆ ਜੀ ਵੇਨੇ ਆ ਮੈਂ ਪੇੜ ਤੇ ਬੈਠ ਜਾਂਦਾ ਗਿਆ ਟਾਈਮਰ ਪੇੜ ਤੇ ਬੜੀ 10 ਸੈਕਿੰਡ ਲੋ ਨਿਕਲਣਾ ਆਹੋ 11 12 20 ਓਏ ਫਰਕ ਹੀ ਨਹੀਂ ਪੈਂਦਾ ਲੱਗਦਾ ਜਿੰਗਲ ਲਾ ਹੂ ਤੇ ਕਰੋ ਸਵਾਲ ਆਵੇ ਕਿਆ ਕਰ ਹਾਂ ਜਿੰਗਲ ਲਾ ਲਾ ਕਿੰਨਾ ਗਿਆ 30 ਹੋ ਗਿਆ 30 ਮੇਰਾ ਕਹਿੰਦਾ ਸੀ 50 ਸੀ ਮੇਰਾ ਹਾਂ 40 ਹੋ ਗਿਆ 40 ਹੋ ਗਿਆ ਕੀ ਹੋ ਗਿਆ ਤੈਨੂੰ ਐ ਗੱਲ ਕੀ ਤੈਨੂੰ ਉਧਰ ਖਾ ਲੈ ਇਹ 50 ਚੱਲਾ 50 ਹੋ ਗਿਆ ਹੋ ਗਿਆ 50 ਜਾਂਦੇ ਪਾਉ ਟਾਰਗੇਟ ਬਣਾਉਣਾ ਆਪਾਂ ਚੰਗੇ ਵਾਲੇ ਕਾਲ ਲਾਈ ਨਹੀਂ ਹੋ ਚਲਾ ਮਿੰਟ ਬਾਅਦ 1 ਮਿੰਟ ਕਰਨਾ 1 ਮਿੰਟ ਲੱਗੀ ਆ ਤੇਰੀ ਲੱਗੀ ਆ ਲੱਗੀ ਨਹੀਂ ਲੱਗੀ ਤਾਂ ਨਾ ਮੇਰੀ ਕਾਮੇ ਲੱਗੀ 1 ਮਿੰਟ ਹੋ ਗਿਆ 1 ਮਿੰਟ 2 ਸੈਕਿੰਡ 3 ਸੈਕਿੰਡ 4 ਸੈਕਿੰਡ 5 ਸੈਕਿੰਡ 6 ਸੈਕਿੰਡ 6 ਸੈਕਿੰਡ 1 ਮਿੰਟ ਦਾ 7 ਸੈਕਿੰਡ ਆ ਜਾਓ ਕੋਈ ਕੱਲ ਨੂੰ ਆਉਣਾ ਚਾਹੁੰਦਾ ਜੇ ਹਾਂ ਪਾਉ ਹੁਣ ਦੱਸ ਤੋੜਤਾ ਜਿਹੜਾ ਸਾਡੇ ਮਸਮੀ ਦਾ ਤੋੜਤਾ ਜੋ
ਨੇ ਜ਼ੋਰ ਬੜਾ ਲਾਇਆ ਸੀ, ਆਇਆ ਇੱਧਰ ਹੀ ਆ ਰਿਹਾ ਨਹੀਂ ਪੀਜੇ ਅੱਜ ਮੰਨਿਆ ਜ਼ੋਰ ਜ਼ਿਆਦਾ ਲੱਗਿਆ ਸੀ, ਕੰਮ ਤਿੰਨ ਤੇ ਪਹੁੰਚ ਗਿਆ ਤੇ ਪਰ ਇਹ ਗੱਲ ਹੁਣ ਨਾ ਤੁਸੀਂ ਤੇ ਕਮਲੇ ਹੋ ਗਏ ਜੀ, ਮੈਂ ਸੰਮੀ ਕੈਮਰਾ ਸਾਫ਼ ਕਰੀ ਜਾਂਦਾ ਜੀ ਜੇ ਤਾਂ ਨਹੀਂ ਆਵੇ ਕੱਢ ਕੱਢ ਫੋਨ ਮੈਂ ਕੈਮਰਾ ਤਾਂ ਹੀ ਰੱਖਣਾ ਸੀ ਚੱਲ ਠੀਕ ਸਮਾਨ ਟੱਕੀ ਆ ਰਹੇ ਮੰਮਾ ਕਿਹਦਾ ਜੂਸ ਨਾ ਚੁੱਕ ਲਿਆ ਹੋਵੇ ਰੋਡ ਤੇ ਸਾਈਡ ਤੇ ਲੱਗੇ ਨੇ ਸਮਾਨ ਕਿਉਂ ਚੁੱਕਦੇ ਕੀ ਹਿਸਾਬ ਵਾ ਸਾਨੂੰ ਤਾਂ ਨਹੀਂ ਪਤਾ ਜੀ ਸ਼ਾਇਦ ਸਰਕਾਰ ਦੀ ਜਗ੍ਹਾ ਹੋਵੇਗੀ ਜਾਂ ਰੈਂਟ ਨਹੀਂ ਦਿੰਦੇ ਹੋਣਗੇ ਤਾਂ ਕਰਕੇ ਕਿਹਦਾ ਜੂਸ ਆ ਚੁੱਕ ਕੇ ਲੈ ਗਏ ਉੱਤਰ ਦਿਨ ਦੀ ਸ਼ੁਰੂਆਤ ਆਪਣੀ ਹੋ ਰਹੀ ਆ ਜੂਸ ਪੀਣ ਤੋਂ ਜੂਸ ਪੀਏ ਬਾਬੇ ਘਰੇ ਮੱਥਾ ਟੇਕੀਏ ਇੱਕ ਅੱਧਾ ਕੰਮ ਹੋਰ ਕਰੀਏ ਤਾਂ ਫਿਰ ਦਿਨ ਬਸ ਇੱਦਾਂ ਹੀ ਆ ਆ ਗਿਆ ਜੱਗ ਫੜ ਹਾਂ ਅੱਜ ਸਹੀ ਪਿਆ ਜੀ ਓਏ ਕਿਆ ਕਿੰਨੂੰ 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 ਆਹਾਂ ਆਹੋ ਆ ਵੀ ਲੈਣਾ ਸੀ ਚੁੱਕੇ ਠੰਡ ਲੱਗਣ ਡੀ ਜੇ ਆ ਜਾ ਪੈਰ ਵੀ ਕਿੱਦਾਂ ਮਾਰਦੀ ਕਿਉਂ ਵੱਢ ਦਿੰਦੀ ਇੱਧਰ 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 ਉਹ ਲਾਗੇ ਫੇ ਇੱਧਰ ਆਓ ਖਾ ਲੈ ਨਹੀਂ ਆਉਂਦੀ ਲਓ ਜੀ ਮਿੱਤਰੋ ਯਾਰ ਹੁਣੀ ਪਹੁੰਚਿਆ ਇਸ ਟਾਈਮ ਛਿਆੜਾ ਸਾਹਿਬ ਗੁਰਦਾ ਸਾਹਿਬ ਧੁਰ ਪਿੱਛੇ ਚੱਕ ਆਉਂਦੇ ਹਾਂ ਉਹ ਚੱਕਰ ਸਾਹਮਣੇ ਸਾਹਮਣੇ ਮੇਲਾ ਇੱਥੋਂ ਪਾਸ ਤਰੀਕ ਹੈ ਇੱਥੇ ਮਿੱਤਰ ਆਪਾਂ ਤਾਂ ਆਏ ਹਾਂ ਕਿਉਂਕਿ ਕੱਲ੍ਹ ਪਰਸੋਂ ਕਿੱਦਣ ਪਰਸੋਂ ਹੋਣਾ ਨਾ ਇਹ ਜਿੱਦਣ ਵਲੋਗ ਮੈਂ ਪਤਾ ਨਹੀਂ ਵਲੋਗ ਕਦੋਂ ਆਉਣਾ ਵਲੋਗ ਸ਼ਾਇਦ ਲੇਟ ਆਵੇ ਤੇ ਪਰਸੋਂ ਕੀ ਕਿੰਨੀ ਡੇਟ ਆ 14 February ਨੂੰ ਬਸੰਤ ਆ ਸੋ ਇੱਥੇ ਆਉਂਦੇ ਹਾਂ ਇੱਥੇ ਗੁੱਡੀਆਂ ਉੱਡਦੀਆਂ ਨਾਲ ਮੇਲਾ ਇੰਜੋਏ ਕਰਾਂਗੇ ਪੰਗੂੜੇ ਝੂਟੇ ਪਰ ਸੋਚ ਰਹੇ ਕਿ ਸ਼ਾਇਦ ਗੁੱਡੀ ਲੱਗਦੇ ਸਰ ਉੱਡਣੀ ਨਹੀਂ ਆ ਕਿਉਂਕਿ ਇਹ ਡੋਰਾਂ ਪਹਿਲਾਂ ਹੀ ਨਾ ਬਣੀਆਂ ਬੰਦ ਕੀਤੀਆਂ ਲੋਹੜੀ 'ਤੇ
ਤੇ ਐਰ ਕੀ ਵੈਸੇ ਲੱਗ ਰਿਹਾ ਕੰਮ ਖਰਾਬ ਹੋਣਾ ਪਾਰਕ ਦਾ ਤੇ ਜਲਦੀ ਤੇਰਾ ਹਾਂ ਯਾਰ ਅੰਦਰ ਨਾ ਪੈਲੀਆਂ ਬੜੀਆਂ ਖਰਾਬ ਹੁੰਦੀਆਂ ਵਾ ਸਾਰੀ ਕੰਧ ਕਰਤੀ ਆ ਗਿੱਲਾ ਕਿੰਨਾ ਅੰਦਰ ਉਹ ਲੋਕੀ ਵੜਨ ਵਾਲੇ ਵੜ ਜਾਂਦੇ ਨੇ ਪਰ ਹੁਣ ਨਹੀਂ ਵੜਨਾ ਆ ਅੱਗੇ ਮੈਨੂੰ ਲੱਗਦਾ ਪੱਧਰਾ ਨਹੀਂ ਨਾ ਹੁੰਦਾ ਇੱਥੋਂ ਤੱਕ ਇੱਥੇ ਡਾਉਣਗੇ ਵਾਹ ਗੁੱਡੀ ਤੇ ਉਧਰ ਮੇਲਾ ਇੰਜੋਏ ਕਰਾਂਗੇ ਇੱਕ ਨਾ ਫੈਸਟੀਵਲ ਜੀ ਤੇ ਰੋਤੇ ਕਰਤਾ ਕਿ ਆਹੀ ਜਗ੍ਹਾ ਆ ਬਸ ਇੱਥੇ ਡਾਉਣੀ ਆ ਗੁੱਡੀ ਲੁੱਟ ਰਹੀਆਂ ਨਹੀਂ ਆ ਕਿ ਖਲਾਰਾ ਜਿੱਦਾਂ ਹਰ ਸਾਲ ਪਾਉਂਦੇ ਨਾ ਆਹੋ ਖਲਾਰਾ ਘੱਟ ਵੇਗਾ ਤੇ ਉਧਰ ਬਾਬਾ ਜੀ ਦਾ ਪਾਠ ਹੋ ਰਿਹਾ ਵਾ ਹੁਣ ਮੱਥਾ ਆਪਾਂ ਉਧਰ ਟੇ ਮੱਥਾ ਵੇਖਾ ਟੇਕਣਾ ਕਿ ਨਹੀਂ ਸੋ ਬਾਕੀ ਦੇਖਦੇ ਆ ਮਜ਼ਾ ਆਏਗਾ ਤੇ ਬਾਕੀ ਇਹਦੇ ਟਾਈਟਲ ਥੰਬਨੇਲ ਦੇਖ ਕੇ ਆਉਂਗਾ ਨਾ ਥੰਬਨੇਲ ਉਹ ਪਿਛਲੇ ਸਾਲ ਆਪਾਂ ਲਾਇਆ ਸੀ ਥੋੜਾ ਸਕ੍ਰਿਪਟਡ ਕੀਤਾ ਕੰਮ ਆ ਬੜਾ ਸੋਹਣਾ ਲੱਗ ਰਿਹਾ ਯਾਰ ਅੱਜ ਕੱਲ ਫੋਨ ਦਾ ਉਹ ਕਰਨ ਤੇ ਫੇਰ ਬਾਕੀ ਵਲੌਗ ਐਂਡ ਕਰਦਾ ਹੋਰ ਰੱਖੋ ਲਿਆ ਕੁੜੀਆਂ ਦਾ ਫੋਨ ਤੇ ਪਾਈ ਫੋਨ ਤੇ ਪਾਈ ਕਹਿੰਦਾ ਰੱਟ ਰੱਟ ਜਿੱਦ ਅੜ ਗਈ ਕਿ ਲੈਣਾ ਹੀ ਆ ਹੋਰ ਵੀਲ ਨਹੀਂ ਨਾ ਕਰਨਾ ਸੀ ਹੁਣ ਮਿਲ ਗਿਆ ਨਾ ਤੇਰਾ ਪਰੋ ਵੇਲਾ ਉਦੋਂ ਆਹ 14 ਦਾ ਭਾਅ ਵੱਡਾ ਦੇਣ ਡਿਆ ਸੀ ਯਾਰੀ ਗੱਲਬਾਤ ਹੀ ਕਾ ਲੋ ਯਾਰ ਇੱਦਾਂ ਵਿਆਹ ਹੋਏ ਚੁੱਕਣਾ ਵੀ ਨਹੀਂ ਕਿ ਕੱਟ ਕਰ ਕਲਰ ਹੀ ਫਿੱਕਾ ਨਹੀਂ ਉਹ ਨਹੀਂ ਦੱਸਣਾ ਭਰਾ ਰੰਗ ਚੁਣ ਕੇ ਮਿੱਤਰ ਕਲਰ ਲਿਆ ਯਾਰ ਪੱਗ ਦਾ ਕਿਸੇ ਖਾਸ ਖਾਸ ਦਿਨ ਕਰਕੇ ਗੈਸ ਕਰਿਓ ਬਾਕੀ ਇਸ ਵੇਲੇ ਇੱਥੇ ਐਂਡ ਕਰਦੇ ਹਾਂ ਸਾਨੂੰ ਲੱਗੀ ਭੁੱਖ ਬਸ ਉੱਥੋਂ ਪੀਜ਼ਾ ਖਾਈਏ ਕੁਛ ਨਾ ਕੁਛ ਥੋੜ੍ਹਾ ਬਹੁਤ ਫਿਰ ਆਪਾਂ ਚਲੀਏ ਘਰ ਨੂੰ ਸੋ ਸੀ ਯੂ ਸੂਨ ਇਨ ਅਦਰ ਵੀਡੀਓ ਵਲੌਗ ਮਿਲਦੇ ਤੁਹਾਨੂੰ ਕਾਹਦਾ ਵਲੌਗ ਵਿੱਚ ਹੋ ਸੋ ਕਿ ਬਸੰਤ ਦਾ ਵਲੌਗ ਹੋਵੇ ਕੀ ਲੱਗਾ ਪਿੰਕ ਕੀ ਲੱਗਾ ਲਫਾਫੇ ਦਾ ਰੰਗ ਪਿੰਕ ਹੀ ਨਾ ਹੋ ਸਕਦਾ